ਸਮੁੱਚੀ ਸਾਧ ਸੰਗਤ ਜੀ ਨੂੰ ਜੈ ਭਗਵਾਨ ਵਾਲਮੀਕਿ ਜੀ, ਜੈ ਗੁਰੂ ਗਿਆਨਨਾਥ, ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਸੋ ਸਾਥੀਓ, ਅੱਜ ਪਿੰਡ ਨੂਰਪੁਰ, ਤਹਿਸੀਲ ਨਕੋਦਰ, ਉੱਥੋਂ ਦੇ ਪਾਵਨ ਭਗਵਾਨ ਵਾਲਮੀਕਿ ਮੰਦਰ ਦਾ ਜੋ ਮਸਲਾ ਹੈ, ਪਿਛਲੇ ਤਕਰੀਬਨ 2 ਸਾਲ ਤੋਂ ਪ੍ਰਸ਼ਾਸਨ ਦੀ ਸ਼ਹਿ, ਚਾਹੇ ਉਹ ਸਿਵਲ ਪ੍ਰਸ਼ਾਸਨ ਹੋਵੇ, ਚਾਹੇ ਪੁਲਿਸ ਪ੍ਰਸ਼ਾਸਨ, ਉਹਨਾਂ ਦੀ ਸ਼ਹਿ ਦੇ ਨਾਲ ਜਿਹੜੀਆਂ ਬੇਅਦਬੀਆਂ ਹੋਈਆਂ, ਉਸ ਮਸਲੇ ਨੂੰ ਲੈ ਕੇ ਜਿਹੜਾ DIG ਦਫ਼ਤਰ ਜਲੰਧਰ ਪਹੁੰਚੇ ਔਰ DIG ਸਾਹਿਬ ਦੇ ਨਾਲ ਗੱਲਬਾਤ ਕਰਨ 'ਤੇ, ਜਿਹੜਾ DIG ਸਾਹਿਬ ਦੇ ਵੱਲੋਂ DSP ਨਕੋਦਰ ਨੂੰ ਜਿਹੜਾ ਹੈ ਡਾਇਰੈਕਟਲੀ ਜਿਹੜਾ ਹੈ ਔਡਰ ਕੀਤਾ ਗਿਆ ਕਿ ਜੋ ਬਣਦੀ ਕਾਰਵਾਈ ਹੈ ਦੋਸ਼ੀਆਂ 'ਤੇ ਉਹ ਕੀਤੀ ਜਾਵੇ। ਔਰ ਮਸਲਾ ਇਹ ਹੈ ਕਿ ਜੇਕਰ DSP ਨਕੋਦਰ ਜਿਹੜੇ ਕਿ ਨਵੇਂ ਹੁਣੇ ਅਪੁਆਇੰਟ ਹੋਏ, ਅਤੇ DIG ਸਾਹਿਬ ਵੀ ਜਿਹੜੇ ਥੋੜ੍ਹੇ ਦਿਨ ਪਹਿਲਾਂ ਹੀ ਜਲੰਧਰ ਦੇ ਵਿੱਚ ਐਜ਼ ਏ DIG ਪ੍ਰਮੋਟ ਹੋ ਕੇ ਆਏ ਨੇ, ਸੋ ਉਹਨਾਂ ਨੇ ਡਾਇਰੈਕਟਲੀ ਜਿਹੜਾ ਔਡਰ ਕੀਤਾ ਹੈ DSP ਸਾਹਿਬ ਨੂੰ। ਹੁਣ ਦੇਖਣਾ ਇਹ ਹੋਵੇਗਾ DIG ਸਾਹਿਬ ਦੇ ਜਿਹੜੇ ਦਿੱਤੇ ਹੋਏ ਔਡਰ 'ਤੇ DSP ਨਕੋਦਰ ਗੌਰ ਕਰਦਾ ਹੈ ਜਾਂ ਨਹੀਂ ਕਰਦਾ। ਸੈਕਿੰਡ ਵਨ ਇਜ਼, ਉੱਥੇ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਪ੍ਰਸ਼ਾਸਨ ਦੀ ਸ਼ਹਿ ਦੇ ਨਾਲ ਹੋਈਆਂ, ਔਰ ਪ੍ਰੈਜੈਂਟਲੀ ਜਿਹੜੇ ਦੋਸ਼ੀ ਹੈ ਉਹ ਅੱਜ ਵੀ ਸ਼ਰੇਆਮ ਉੱਥੋਂ ਦੇ ਜਿਹੜੇ ਮੰਦਰ ਦੇ ਸੇਵਾਦਾਰ ਨੇ ਜਾਂ ਪਿਛਲੇ 20-25 ਸਾਲ ਤੋਂ ਪਰਿਵਾਰ ਭਗਵਾਨ ਵਾਲਮੀਕਿ ਮੰਦਰ ਦੇ ਵਿੱਚ ਜਿਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ, ਉਹਨਾਂ ਨੂੰ ਸ਼ਰੇਆਮ ਧਮਕੀਆਂ ਦਿੰਦੇ ਹੈ ਕਿ ਅਸੀਂ ਤੁਹਾਨੂੰ ਜਿਹੜਾ ਹੈ ਜਾਨੋਂ ਮਾਰ ਦਿਆਂਗੇ। ਤਾਂ ਸਵਾਲ ਇਹ ਉੱਠਦਾ ਕਿ DIG ਸਾਹਿਬ ਦੇ ਵੱਲੋਂ ਸਮਾਂ ਵੀ ਦਿੱਤਾ ਗਿਆ ਕਿ ਇੰਨੇ ਸਮੇਂ 'ਚ ਮਸਲਾ ਹੱਲ ਕਰਾਂਗੇ। ਸੋ ਪਾਵਨ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ, ਸੰਤ ਗਿਰਧਾਰੀ ਨਾਥ ਜੀ ਮਹਾਰਾਜ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਇੱਕ ਜਥੇਬੰਦੀ ਚੱਲਦੀ ਹੈ। ਸੋ ਮੇਰੇ ਤੋਂ ਪਹਿਲਾਂ ਜੋਗਿੰਦਰ ਸਿੰਘ ਜੀ ਮਾਨ ਉਸ ਜਥੇਬੰਦੀ ਦੇ ਨੈਸ਼ਨਲ ਚੇਅਰਮੈਨ ਆਦਿਵਾਸੀ ਗੁਰੂ ਗਿਆਨਨਾਥ ਪੂਰਨ ਸਿੰਘ ਹਸਪਤਾਲ ਜਥੇਬੰਦੀ ਤੋਂ, ਸੋ ਦਾਸ ਵੀ ਜਥੇਬੰਦੀ ਦੇ ਵਿੱਚ ਐਜ਼ ਏ ਸੇਵਾਦਾਰ ਸੇਵਾ ਨਿਭਾਉਂਦਾ ਹੈ। ਅਸੀਂ ਜਥੇਬੰਦੀ ਦੇ ਵੱਲੋਂ ਇਨਸਾਫ ਦੀ ਮੰਗ ਕਰਦੇ ਹਾਂ, ਬਾਬਾ ਸਾਹਿਬ ਦੇ ਦਿੱਤੇ ਹੋਏ ਅਧਿਕਾਰਾਂ ਦੇ ਅਨੁਸਾਰ ਪ੍ਰਸ਼ਾਸਨ ਨੂੰ ਅੱਤ ਦੇ ਸਤਾਏ ਹੋਏ ਜਿਹੜੇ ਲੋਕ ਖੜ੍ਹੇ ਹੋਏ ਅੱਜ DIG ਦਫ਼ਤਰ ਦੇ ਬਾਹਰ, ਉਹਨਾਂ ਦੇ ਵੱਲੋਂ ਸਮਾਂ ਦੇ ਰਹੇ ਕਿ ਜੇਕਰ 14 ਅਗਸਤ ਤੱਕ ਜਿਹੜਾ ਉਸ ਤੋਂ ਪਹਿਲਾਂ ਇਸ ਮਸਲੇ ਦੇ ਅਧੀਨ ਜਿਹੜੇ ਵੀ ਦੋਸ਼ੀ ਨੇ ਐਵੀਡੈਂਸ ਦੇ ਬਿਹਾਵ 'ਤੇ, ਉਹਨਾਂ ਦੋਸ਼ੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ DIG ਸਾਹਿਬ ਦੇ ਕਹਿਣ 'ਤੇ DSP ਨਕੋਦਰ ਨਹੀਂ ਕਰਦਾ, ਤਾਂ ਅਸੀਂ DIG ਜਲੰਧਰ ਦਾ ਜਿਹੜਾ ਹੈ 14 ਤਰੀਕ ਨੂੰ ਉੱਥੇ ਬੈਠ ਕੇ ਜਿਹੜਾ ਘਿਰਾਓ ਕਰਾਂਗੇ ਅਤੇ ਇਨਸਾਫ਼ ਦੀ ਮੰਗ ਰੱਖਾਂਗੇ। ਸੋ ਸਮੁੱਚੀ ਸੰਗਤ ਨੂੰ ਬੇਨਤੀ ਹੈ ਪਾਵਨ ਭਗਵਾਨ ਵਾਲਮੀਕਿ ਤੀਰਥ ਤੋਂ ਸੇਵਾਦਾਰ ਹੋਣ ਨਾਤੇ ਕਿ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸੰਗਤ ਨੂੰ ਮੈਸੇਜ ਕਨਵੇ ਕਰਨ ਕਿ 14 ਅਗਸਤ ਦਿਨ ਬੁੱਧਵਾਰ DIG ਜਲੰਧਰ ਰੇਂਜ ਤੋਂ DIG ਦਫ਼ਤਰ ਦੇ ਬਾਹਰ ਵੱਧ ਤੋਂ ਵੱਧ ਸੰਗਤਾਂ ਨੂੰ ਨਾਲ ਲੈ ਕੇ ਪਹੁੰਚੋ, ਤਾਂ ਜੋ ਜਿਹੜਾ ਹੈ ਸਾਡੇ ਪਾਵਨ ਭਗਵਾਨ ਵਾਲਮੀਕਿ ਮੰਦਰਾਂ ਦੀ ਬੇਅਦਬੀ ਕਰਨ ਵਾਲੇ ਜਿਹੜੇ ਲੋਕ ਹੈ, ਚਾਹੇ ਕਿਸੇ ਵੀ ਕੌਮ ਦੇ ਹੋਣ, ਉਹਨਾਂ ਨੂੰ ਜਿਹੜਾ ਸਜ਼ਾ ਮਿਲ ਸਕੇ, ਅਤੇ ਜਿਹੜੇ ਉੱਥੋਂ ਦੇ ਸੇਵਾਦਾਰ ਹੈ ਜਿਨ੍ਹਾਂ 'ਤੇ ਵਾਰ ਵਾਰ ਪੁਲਿਸ ਵੀ ਐਟਰੋਸਿਟੀਜ਼ ਕਰ ਰਹੀ ਹੈ ਨਜਾਇਜ਼ ਪਰਚੇ ਕਰਕੇ, ਤਾਂ ਉਹਨਾਂ ਨੂੰ ਇਨਸਾਫ਼ ਮਿਲ ਸਕੇ। ਸੋ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ 14 ਅਗਸਤ ਦਿਨ ਬੁੱਧਵਾਰ ਨੂੰ DIG ਦਫ਼ਤਰ ਦੇ ਸਾਹਮਣੇ ਠੀਕ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰਨ। ਸਾਰੇ ਜੋ ਬੋਲੇ ਸੋ ਨਿਰਭੈ, ਭਗਵਾਨ ਵਾਲਮੀਕਿ ਮਹਾਰਾਜ ਕੀ ਜੈ, ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ, ਚੌਜੀ ਪਾਤਸ਼ਾਹ ਸਤਿਗੁਰੂ ਪੂਰਨਨਾਥ ਮਹਾਰਾਜ ਕੀ ਜੈ, ਗੱਦੀ 'ਤੇ ਵਿਰਾਜਮਾਨ ਸੰਤ ਗਿਰਧਾਰੀ ਨਾਥ ਮਹਾਰਾਜ ਕੀ ਜੈ, ਜੈ ਭੀਮ, ਜੈ ਭਾਰਤ। ਸਾਥੀਓ, ਅੱਜ ਪਿੰਡ ਨੂਰਪੁਰ ਦਾ ਮਸਲਾ ਲੈ ਕੇ DIG ਸਾਹਿਬ ਨੂੰ ਮਿਲੇ ਹਾਂ, ਤਾਂ ਉਹਨਾਂ ਨੇ ਭਰੋਸਾ ਦਿਵਾਇਆ ਸਾਨੂੰ ਕਿ ਜਲਦ ਕਾਰਵਾਈ ਹੋਊਗੀ। ਪਰ ਆਦਿਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਨੇ ਜਦੋਂ ਇਹਨਾਂ ਦੀਆਂ ਪਰੂਫ ਦੇਖੇ, ਜਦੋਂ ਇਹਨਾਂ ਦੀਆਂ ਵੀਡੀਓ ਦੇਖੀਆਂ,
ਪੁਲਿਸ ਜਿਹੜੀ ਜਾ ਕੇ ਧੱਕੇ ਨਾਲ ਮੰਦਰ ਦੇ ਜੰਦੇ ਤੋੜ ਰਹੀ ਆ, ਵਿਦ ਪਰੂਫ ਵੀਡੀਓ ਆ, ਬੰਦੇ ਜਾ ਕੇ ਜਿਹੜਾ ਉਹ ਪੁਲਿਸ ਦੀ ਸ਼ਹਿ ਦੇ ਉੱਤੇ ਪਾਠ ਕਰਦੇ, ਪਾਠੀ ਤੋਂ ਮੈਕ ਧੱਕੇ ਨਾਲ ਖੋ ਰਹੇ, ਬੰਦ ਕਰ ਰਹੇ ਆ, ਗਾਲੀ ਗਲੋਚ ਕਰ ਰਹੇ ਆ। ਔਰ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਵਿਦ ਵੀਡੀਓ ਪਰੂਫ ਦੇਣ ਦੇ ਬਾਵਜੂਦ ਵੀ, ਲੰਬਾ ਸਮਾਂ ਬੀਤਣ ਤੋਂ ਬਾਅਦ 'ਚ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਅੱਜ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੀ ਪੂਰੀ ਟੀਮ ਜਿਹੜੀ ਆ ਉਹ ਡੀ ਆਈ ਜੀ ਸਾਹਿਬ ਨੂੰ ਮਿਲੇ ਆ। ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਜਿਹੜੇ ਬੇਅਦਬੀ ਕਰਨ ਵਾਲੇ ਲੋਕ ਆ, ਚਾਹੇ ਪੁਲਿਸ ਮੁਲਾਜ਼ਮ ਹੋਣ, ਚਾਹੇ ਐੱਸ ਐੱਸ ਪੀ ਹੋਵੇ, ਚਾਹੇ ਡੀ ਐੱਸ ਪੀ ਖਹਿਰਾ ਹੋਵੇ ਜਿਹੜਾ ਪਹਿਲੋ ਸੀਗਾ ਨਕੋਦਰ, ਕੋਈ ਵੀ ਹੋਵੇ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ। ਉਹਨਾਂ ਦੇ ਖਿਲਾਫ਼ ਕਾਰਵਾਈ ਚਾਹੀਦੀ ਆ। ਜੇਕਰ 14 ਤਰੀਕ ਤੋਂ ਪਹਿਲੋਂ ਇਹਨਾਂ ਸਾਰੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਾ ਕੀਤੀ ਗਈ, 14 ਤਰੀਕ ਨੂੰ ਅਸੀਂ ਜਿਹੜਾ ਉਹ ਡੀ ਆਈ ਪੀ ਦਫ਼ਤਰ ਦੇ ਸਾਹਮਣੇ ਬੈਠ ਕੇ ਇਨਸਾਫ਼ ਦੀ ਮੰਗ ਕਰਾਂਗੇ। ਜਿਹੜਾ ਅਧਿਕਾਰ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਦਿੱਤਾ, ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਔਰ ਸਮੁੱਚਾ ਵਾਲਮੀਕੀ ਸਮਾਜ ਕਿਸੇ ਵੀ ਕੀਮਤ ਦੇ ਉੱਤੇ ਭਗਵਾਨ ਵਾਲਮੀਕ ਜੀ ਦੇ ਮੰਦਰਾਂ ਦੇ ਗੇਟਾਂ ਦੇ ਪੁਲਿਸ ਆ ਕੇ ਤਾਲੇ ਤੋੜੇ, ਪਾਠੀਆਂ ਨੂੰ ਪਾਠ ਕਰਨ ਤੋਂ ਡੱਕ ਕੇ ਜਿਹੜਾ ਉਹ ਉਹਨਾਂ ਤੋਂ ਹੱਥੋਂ ਮਹਿਕ ਖੁਆਇਆ ਜਾਵੇ, ਪੁਲਿਸ ਉਹਨੂੰ ਬੇਅਦਬੀ ਨਹੀਂ ਸਮਝ ਰਹੀ, ਇਸ ਕਰਕੇ ਜਿਹੜਾ ਉਹ ਕਿਸੇ ਵੀ ਕੀਮਤ ਦੇ ਉੱਤੇ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ। ਔਰ 14 ਤਰੀਕ ਨੂੰ ਇੱਥੇ ਗੇਟ ਮੋਹਰੇ ਬੈਠਾਂਗੇ, ਜੇਕਰ ਜਿਹੜਾ ਉਹ ਦੋਸ਼ੀਆਂ ਦੇ ਖਿਲਾਫ਼ ਚਾਹੇ ਪੁਲਿਸ ਮੁਲਾਜ਼ਮ ਆ, ਚਾਹੇ ਜਿਹੜਾ ਉਹ ਸਿਵਲ ਵਾਲੇ ਜਿਨ੍ਹਾਂ ਨੇ ਜਿਹੜਾ ਬੇਅਦਬੀ ਕੀਤੀ ਆ, ਕਿਸੇ ਦੇ ਵੀ ਖਿਲਾਫ਼ ਜਿਹੜੀ ਬਣਦੀ ਕਾਰਵਾਈ ਜੇ ਨਾ ਹੋਈ, ਅਤੇ 14 ਤਰੀਕ ਨੂੰ ਜਿਹੜਾ ਅਸੀਂ ਡੀ ਆਈ ਜੀ ਦਫ਼ਤਰ ਦੇ ਸਾਹਮਣੇ ਬੈਠਾਂਗੇ। ਜੋ ਬੋਲੇ ਸੁਣ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ, ਸ੍ਰੀ ਸ੍ਰੀ 108 ਸਤਿਗੁਰ ਗਿਆਨ ਨਾਥ ਮਹਾਰਾਜ ਕੀ ਜੈ, ਚੌਜੀ ਪਾਤਸ਼ਾਹ ਸਤਿਗੁਰ ਪੂਰਨ ਨਾਥ ਮਹਾਰਾਜ ਕੀ ਜੈ, ਗੱਦੀ 'ਤੇ ਵਿਰਾਜਮਾਨ ਸੰਤ ਗੁਰਧਾਈ ਨਾਥ ਮਹਾਰਾਜ ਕੀ ਜੈ, ਜੈ ਭੀਮ ਜੈ ਕਾਲਾ।